ਇੱਕ ਬੋਨੀਡੂਨ ਸ਼ੋਪਿੰਗ ਸੈਂਟਰ ਜਿਹੜਾ ਸਾਊਥ-ਈਸਟ ਦੇ ਵਿੱਚ ਹੈ ਐਡਮਿੰਟਨ ਦੇ 82 ਐਵੈਨਿਊ 83 ਸਟਰੀਟ ਤੇ ਉਸ ਸ਼ੋਪਿੰਗ ਸੈਂਟਰ ਦੇ ਵਿੱਚ ਜੀ ਇੱਕ ਜੁਐਲਰੀ ਸਟੋਰ ਜਿਹਨੂੰ ਲੁੱਟਿਆ ਗਿਆ ਸੀਗਾ ਲੁਟੇਰੇ ਆਏ ਸੀਗੇ ਉਹਦੇ ਵਿੱਚ ਜਿਹੜੇ ਵਿਅਕਤੀ ਸੀ ਜੀ ਉਹ ਬਲੂ ਬਾਕਸਸ ਨਾਲ ਲੈ ਕੇ ਆਏ ਸੀ ਹਥਿਆਰ ਉਹਨਾਂ ਦੇ ਕੋਲ ਸੀ ਸਰਜਿਕਲ ਮਾਸਕ ਪਾਏ ਸੀਗੇ ਤੇ ਦਸਤਾਨੇ ਪਾਏ ਹੋਏ ਸੀਗੇ ਔਰ ਉਹ ਕੋਈ 2 ਲੱਖ ਤੋਂ 3 ਲੱਖ ਦੇ ਕਰੀਬ ਜਿਹੜਾ ਜੀ ਸਮਾਨ ਲੈ ਕੇ ਉਥੋਂ ਨਸ ਗਏ ਸੀਗੇ ਪਰ ਅੱਜ ਪੁਲਿਸ ਦਾ ਕਹਿਣਾ ਕਿ ਉਹਨਾਂ ਨੇ ਦੋ ਵਿਅਕਤੀ ਜਿਹੜੇ ਨੇ ਚਾਰਜ ਕਰ ਲੈਨੇ ਉਸ ਰੋਬਰੀ ਲਈ ਔਰ ਦੋ ਹਜੇ ਫਰਾਰ ਨੇ ਔਰ ਜਿਹੜੀ ਵੈਨ ਦੇ ਵਿੱਚ ਜੀ ਉਹ ਬਾਹਰ ਉਹਨਾਂ ਨੇ ਵੈਨ ਖੜੀ ਕੀਤੀ ਹੋਈ ਸੀ ਉਹ ਚੋਰੀ ਦੀ ਸੀਗੀ ਬਾਹਰ ਪਾਰਕਿੰਗ ਲਾਟ ਦੇ ਵਿੱਚ ਉਹ ਲੈ ਕੇ ਜਿਉਂ ਹੀ ਉਥੋਂ ਉਹ ਨਠੇ ਆ ਤੇ ਉਹਨਾਂ ਜਿੱਥੇ ਜਿਹੜੇ ਰੈ residențial ਏਰੀਆ ਵਿੱਚ ਗਏ ਉੱਥੇ ਜਾ ਕੇ ਉਸ ਵੈਨ ਨੂੰ ਅੱਗ ਲਾ ਦਿੱਤੀ ਤੇ ਇੱਕ ਹੋਰ ਗੱਡੀ ਸੀਗੀ ਉਹ ਲੈ ਕੇ ਉੱਥੋਂ ਚਲੇ ਗਏ ਪਰ ਗਵਾਂਡੀਆਂ ਨੇ ਦੇਖ ਲਿਆ ਉੱਥੇ ਅੱਗ ਲੱਗੀ ਤੇ ਉਹਨਾਂ ਨੇ ਕਾਲ ਕਰ ਦਿੱਤਾ ਤੇ ਉਹ ਜਿਹੜੀ ਵੈਨ ਸੀਗੀ ਉਹ ਪੂਰੀ ਨਹੀਂ ਜਲ ਸਕੀ ਔਰ ਉਹਨਾਂ ਨੇ ਪੁਲਿਸ ਵਾਲਿਆਂ ਨੇ ਇਹ ਫਾਲੋ ਕਰਦੇ ਕਰਦੇ ਜੀ ਬੰਦੇ ਜਿਹੜੇ ਆ 118 ਐਵੈਨਿਊ ਤੋਂ ਤੇ ਸਟਰੀਟ ਹੈਗੀ ਜੀ ਵੈਸਟ ਦੇ ਵਿੱਚ ਉੱਥੋਂ ਉਹਨਾਂ ਨੇ ਉਹ ਅ ਵਿਅਕਤੀ ਫੜ ਲਏ ਨੇ ਤੇ ਦੋਨੂੰ ਹੁਣ ਚਾਰਜ ਕਰ ਲਿਆ ਪਰ ਦੋ ਹਜੇ ਫਰਾਰ ਨੇ ਪੁਲਿਸ ਕਹਿੰਦੀ ਉਹਨਾਂ ਦਾ ਵੀ ਛੇਤੀ ਜਿਹੜਾ ਪਤਾ ਲਾ ਲਿਆ ਜਾਵੇਗਾ ਕੁਲਮੀਤ ਸਿੰਘ ਸੰਘਾ ਚੈਨਲ ਪੰਜਾਬੀ ਐਡਵੈਂਟਰ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ